ਭਾਰਤ ਦੇ ਦੌਰੇ ਤੇ ਆਏ ਗ੍ਰੀਸ ਦੇ ਰਾਸ਼ਟਰਪਤੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ 4 MOU ਸਾਈਨ ਹੋਏ ਨੇ। ਪੀਐਮ ਮੋਦੀ ਅਤੇ ਸਾਈਪ੍ਰਸ ਦੇ ਰਾਸ਼ਟਰਪਤੀ ਨੇ ਸਾਂਝੇ ਤੌਰ ਤੇ ਇੱਕ ਸੰਬੋਧਨ ਵੀ ਕੀਤਾ। ਜ਼ਿਕਰ ਖਾਸ ਹੈ ਕਿ ਸਾਈਪ੍ਰਸ ਪੂਰਬੀ ਮੈਡੀਟੇਰੀਅਨ ਸਮੁੰਦਰ ਵਿੱਚ ਇੱਕ ਟਾਪੂ ਦੇਸ਼ ਹੈ ਜੋ ਗ੍ਰੀਸ, ਤੁਰਕੀ ਅਤੇ ਸੀਰੀਆ ਦਾ ਗੁਆਂਢੀ ਦੇਸ਼ ਹੈ। ਸਾਈਪ੍ਰਸ ਗ੍ਰੀਕ ਤੇ ਤੁਰਕੀ ਲੋਕਾਂ ਵਿਚਕਾਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਗ੍ਰੀਕ ਵਾਲਾ ਪਾਸਾ ਯੂਰਪੀਅਨ ਯੂਨੀਅਨ ਦਾ ਵਿਕਸਿਤ ਹਿੱਸਾ ਹੈ, ਜਦਕਿ ਤੁਰਕੀ ਵਾਲਾ ਪਾਸਾ ਇੱਕ ਤਰ੍ਹਾਂ ਤੁਰਕੀ ਦੇ ਕਬਜ਼ੇ ਹੇਠ ਹੈ। ਇਸ ਨੂੰ ਤੁਰਕੀ ਰਿਪਬਲਿਕ ਉੱਤਰੀ ਸਾਈਪ੍ਰਸ ਵੀ ਕਿਹਾ ਜਾਂਦਾ ਹੈ।